ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਕੁਕਿੰਗ ਚੈਨਲ ਕਾਇਨਾਤ ਕਿਰਨ ਕਿਚਨ ਦੇ ਵਿੱਚ ਤੇ ਅੱਜ ਆਪਾਂ ਬਣਾ ਰਹੀ ਹੈ ਜੀ پراਠਾ ਆਪਣਾ پراਠਾ ਆਪ ਬਣਾ ਰਹੀ ਹੈ ਮਟਰ ਤੇ ਪਨੀਰ ਦਾ ਮਿਕਸ پراਠਾ ਬਣਾ ਰਹੀ ਹੈ ਜੀ ਤੇ ਅਗਰ ਤੁਹਾਨੂੰ ਇਹ ਮੇਰੀ ਰੈਸਪੀ پراਠੇ ਦੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਲਿੱਕ ਕਰਿਓ ਤਾਂ ਜੋ ਤੁਹਾਨੂੰ ਨਵਾਂ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ پراਠਾ ਬਣਾ ਲੈ ਜੀ ਸਭ ਤੋਂ ਪਹਿਲਾਂ ਮੈਂ ਮਟਰ ਲਾਈ ਨਹੀਂ ਮਟਰੇ ਮੇਰੇ ਕੋਲ ਹੈ 1/2 ਕਿਲੋ ਮਟਰ ਨੇ ਮੈਂ ਇੱਕ ਕੜਾਈ ਦੇ ਵਿੱਚ ਪਾਣੀ ਲਿਆ ਏ ਪਾਣੀ ਮੈਂ ਗਰਮੀ ਯੂ ਤੇ ਪਾਣੀ ਪਾ ਦਿੱਤਾ ਜੀ ਉਸ ਦੇ ਵਿੱਚ ਜੋ ਆਪਣੇ ਕੋਲੇ ਮੈਂ ਫਰੈਸ਼ ਮਟਰ ਲਏ ਨੇ ਉਹ ਪਾ ਦਿਆਂਗੇ। ਕੜਾਈ ਨੂੰ ਉਪਰੋਂ ਕਵਰ ਕਰ ਦਿਆਂਗੀ ਜਿੱਤੇ ਜਿਹੜੇ ਆਪਣੇ ਮਟਰ ਆ ਉਹਨੂੰ ਮੈਂ 4 ਤੋਂ 5 ਮਿੰਟ ਮੀਡੀਅਮ ਫਲੇਮ ਤੇ ਉਬਾਲ ਲੈਣੇ ਨੇ। ਦੂਸਰੀ ਸਾਰ ਚਲੋ ਆਪਾਂ ਹੁਣ ਆਟਾ ਬਣਾਉਨੇ ਆ। ਆਟਾ ਬਣਾਉਣ ਲਈ ਜੀ ਮੈਂ ਇੱਥੇ 2 ਕੱਪਾ ਆਟੇ ਦੇ ਲਏ ਆ। ਫਿਰ ਆਟੇ ਦੇ ਵਿੱਚ ਮੈਂ ਟੇਸਟ ਅਕੋਰਡਿੰਗ ਆ ਨਮਕ ਪਾਵਾਂਗੀ ਜੀ। ਥੋੜੀ ਜੀ ਲਾਲ ਮਿਰਚ ਚ ਕਸਤੂਰੀ ਮੇਥੀ ਅੱਧਾ ਚਮਚ ਤੇ ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਤੇ ਫਿਰ ਆਪਾਂ ਇਹਦਾ ਆਟਾ ਜਿਹੜਾ ਬਣਾ ਲਵਾਂਗੇ ਆਟਾ ਆਪਾਂ ਸੌਫਟ ਜਿਹਾ ਲਾਈਨ ਬਣਾਉਣਾ ਆਪਣਾ ਆਟਾ ਹੀ ਜਿਹੜਾ ਜਿਆਦਾ ਹਾਰਡ ਨਹੀਂ ਹੋਣਾ ਚਾਹੀਦਾ ਕਈ ਵਾਰੀ ਆਪਾਂ ਕਹਿੰਦੇ ਕਿ ਹਾਂ ਸਖਤ ਆਟਾ ਆਪਾਂ ਬਣਾ ਲੈਨੇ ਆ ਉਹਦੇ ਨਾਲ ਜਿਹੜੇ ਆਪਾਂ ਪਰੌਠੇ ਆ ਜਿਹੜੇ ਉਹ ਬਹੁਤ ਹੀ ਵਧੀਆ ਨਹੀਂ ਬੰਦੇ ਹੈਗੇ ਜੀ ਆਪਣਾ ਆਟਾ ਸੌਫਟ ਹੋਊਗਾ ਤਾਂ ਉਹਦੇ ਨਾਲ ਬਹੁਤ ਹੀ ਵਧੀਆ ਤੇ ਨਰਮ ਪਰੌਠੇ ਬਣ ਕੇ ਤਿਆਰ ਹੁੰਦੇ ਐ ਤੇ ਮੈਂ ਆਟਾ ਗੁੰਨਣ ਲਈ ਜੀ ਕੋਸਾ ਪਾਣੀ ਯੂਜ਼ ਕਰ ਰਹੀ ਹਾਂ ਇਸ ਦੇ ਨਾਲ ਜਿਹੜਾ ਆਪਣਾ ਆਟਾ ਬਹੁਤ ਵਧੀਆ ਗੁੰਨ ਕੇ ਤਿਆਰ ਹੁੰਦਾ ਹੈ ਦੇਖੋ ਇਸ ਤਰ੍ਹਾਂ ਮੈਂ ਮੁੱक्की ਦੇ ਦੇ ਕੇ ਤੇ ਥੋੜਾ ਥੋੜਾ ਪਾਣੀ ਦੇ ਵਿੱਚ ਪਾ ਪਾ ਕੇ ਆਟਾ ਗੁੰਨਿਆ ਇਸ ਨਾਲ ਬਹੁਤ ਹੀ ਜਿਹੜਾ ਵਧੀਆ ਆਟਾ ਬਣ ਕੇ ਤਿਆਰ ਹੋਵੇਗਾ ਇਸ ਤਰ੍ਹਾਂ ਆਟਾ ਆਪਾਂ ਇਕੱਠਾ ਕਰਕੇ ਤੇ ਫਿਰ ਕਵਰ ਕਰਕੇ ਰੱਖ ਦਿਆਂਗੇ ਪਪੇ ਨੂੰ ਰੈਸਟ ਲਈ ਦਾ ਰੱਖ ਦੇਣਾ ਜੀ ਉਦੋਂ ਆਪਾਂ ਫਿਰ ਦੂਸਰੀ ਸਾਈਡ ਹੋਣਾ ਫਿਲਿੰਗ ਤਿਆਰ ਕਰਦੇ ਆਂ ਆਪਣੇ ਮਟਰਾਂ ਜਿਹੜੇ ਉਹ ਉਪਲ ਚੁੱਕੇ ਨੇ ਮੈਂ ਗੈਸ ਦੀ ਫਲੇਮ ਆਫ ਕਰ ਦਿੱਤੀ ਹੈ ਤੇ ਹੁਣ ਸਭ ਤੋਂ ਪਹਿਲਾਂ ਇਹਦਾ ਪਾਣੀ ਹੈ ਜਿਹੜਾ ਉਹ ਅਲੱਗ ਕਰਦੇ ਆਂ ਮਟਰਾਂ ਨਾਲੋਂ ਮਟਰ ਦਾ ਪਾਣੀ ਸੁੱਕਣ ਤੋਂ ਬਾਅਦ ਜੀ ਇੱਕ ਮੈਂ ਬਾਉਲ ਦੇ ਵਿੱਚ ਉਹਨਾਂ ਨੂੰ ਪਾ ਲਿਆ ਤੇ ਇਸ ਤਰ੍ਹਾਂ ਆਪਾਂ ਨੂੰ ਮੈਸ਼ ਕਰ ਲੈਣਾ ਹੈ ਤੁਸੀਂ ਇਸ ਤਰ੍ਹਾਂ ਹੈਂਡ ਬਲੈਂਡਰ ਦੇ ਨਾਲ ਜਾਂ ਤੁਸੀਂ ਕੁੰਡੇ ਦੇ ਵਿੱਚ ਵੀ ਇਹਨੂੰ ਕੁੱਟ ਸਕਦੇ ਹੋ ਇਸ ਤਰ੍ਹਾਂ ਆਪਣੇ ਮਟਰ ਜਿਹੜੇ ਬਿਲਕੁਲ ਸੌਫਟ ਹੋ ਚੁੱਕੇ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਸਾਰਿਆਂ ਨੂੰ ਮੈਸ਼ ਕਰ ਲੈਣਾ ਹੈ ਮੈਸ਼ਰ ਦੇ ਨਾਲ ਫਿਰ ਆਪਾਂ ਜਿਹੜੀ ਫਿਲਿੰਗ ਬਣਾਉਣ ਲਈ ਜੀ ਮੈਂ ਇੱਕ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਪਾਇਆ ਹੈ ਤੇਲ ਗਰਮ ਹੋਣ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਹਾਫ ਚਮਚ ਜੀਰੇ ਦਾ ਐਡ ਕਰਾਂਗੀ ਫਿਰ ਮੈਂ ਲਈ ਜੀ ਥੋੜਾ ਜਿਹਾ ਅਦਰਕ ਅਦਰਕ ਦੇ ਨਾਲ ਟੇਸ ਆ ਜਿਹੜਾ ਬਹੁਤ ਹੀ ਵਧੀਆ ਪਰਾਠੇ ਦੇ ਵਿੱਚ ਆਉਂਦਾ ਹੈ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ ਇੱਥੇ ਮੈਂ ਬ੍ਰਿਕ ਬ੍ਰਿਕ ਕੱਟ ਕੇ ਵਿੱਚ ਪਾ ਲਈਆਂ ਨੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਜੋ ਆਪਾਂ ਮਟਰ ਮੈਸ਼ ਕਰਕੇ ਰੱਖਿਆ ਆਪਾਂ ਉਹ ਐਡ ਕਰਕੇ ਉਹ ਆਪਾਂ ਪਕਾਉਣੀ ਆ 2 ਤੋਂ 3 ਮਿੰਟ ਮੀਡੀਅਮ ਫਲੇਮ ਤੇ ਇਹਦੇ ਨਾਲ ਕਿ ਉਹਦਾ ਜਿਹੜਾ ਕੱਚਾਪਾਨ ਖਤਮ ਹੋ ਜਾਏਗਾ ਤੇ ਟੇਸਟ ਵੀ ਵਧੀਆ ਬਣੇਗਾ। ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਹੀ ਪਕਾਉਣਾ ਹੈ ਜੇ ਅਗਰ ਤੁਸੀਂ ਫਲੇਮ ਤੇਜ਼ ਕਰ ਦੋਗੇ ਤਾਂ ਜਿਹੜੇ ਤੁਹਾਡੇ ਮਟਰਾਂ ਦੀ ਪੇਸਟ ਆ ਜਿਹੜੀ ਜਲ ਜਾਏਗੀ। देखो अब फ्लेम लो ਤੇ ਵੀ ਇਹ نیچے ਲੱਗ ਰਹੀ ਨਹੀਂ ਇਸ ਲਈ ਆਪਣੀ ਫਲੇਮ ਆ ਜਿਹੜੀ ਬਿਲਕੁਲ ਲੋ ਹੋਣੀ ਚਾਹੀਦੀ ਆ ਤੇ ਆਪਣੇ 3 ਮਿੰਟ ਹੋਣ ਬਾਅਦ ਜੀ ਮੈਂ ਜਿਹੜੀ ਗੈਸ ਦੀ ਫਲੇਮ ਆ ਆਫ ਕਰ ਦਿੱਤੀ ਸੀ ਤੇ ਹੁਣ ਮੈਂ ਜਿਹੜੀ ਸਟਫਿੰਗ ਆ ਇਹਨੂੰ ਇੱਕ ਬਾਉਲ ਦੇ ਵਿੱਚ ਪਾ ਕੇ ਸਾਈਡ ਤੇ ਠੰਡਾ ਹੋਣ ਲਈ ਰੱਖ ਦਿਆਂਗੀ ਇਹ ਸਟਫਿੰਗ ਆ ਆਪਾਂ ਠੰਡੀ ਹੋਣ ਤੇ ਯੂਜ਼ ਕਰਨੀ ਆ ਅਗਰ ਆਪਾਂ ਗਰਮ ਸਟਫਿੰਗ ਦੇ ਵਿੱਚ ਪਨੀਰ ਤੇ ਮਸਾਲੇ ਐਡ ਕਰਾਂਗੇ ਤਾਂ ਉਹ ਪਾਣੀ ਛੱਡ ਦੇਣਗੇ ਦੂਸਰੀ ਕੋ ਪਾਸੇ ਇਹ ਮੇਰੇ ਕੋਲ ਹੈਗਾ ਜੀ ਪਨੀਰ ਇਹ ਘਰ ਦਾ ਬਣਾਇਆ ਹੋਇਆ ਪਨੀਰ ਆ ਆਪਾਂ ਇਹਨੂੰ ਕद्दूकश ਕਰ ਲੈਨੇ ਆ ਕद्दूकश ਕਰਨ ਲਈ ਤੁਸੀਂ ਕੋਈ ਵੀ ਸਾਈਡ ਯੂਜ਼ ਕਰ ਸਕਦੇ ਆ ਮੋਟੀ ਬ੍ਰੇਕ ਪਨੀਰ ਆਪਣਾ ਇਸ ਤਰ੍ਹਾਂ ਸਾਰਾ ਕद्दूकश ਹੋ ਚੁੱਕਾ ਹੈ ਦੂਸਰੀ ਸਾਈਡ ਜਿਹੜੀ ਆਪਣੀ ਫਿਲਿੰਗ ਆ ਉਹ ਵੀ ਠੰਡੀ ਹੋ ਚੁੱਕੀ ਆ ਮੈਂ ਸਾਰਾ ਪਨੀਰ ਮਟਰਾਂ ਦੇ ਵਿੱਚ ਇਸ ਤਰ੍ਹਾਂ ਐਡ ਕਰ ਲਵਾਂਗੀ इसके दे बाद आप ऐड करा जी मसाले सब तो पहला मैं ऐड कराँगी लाल मिर्च पाउडर ये मैं हाफ चम्मच चमच की, एड किया जी क्योंकि पहला भी आप हरी मिर्च यूज कर चुके एक चम्मच भर के मिले जी धनिया पाउडर नमक लिया जी मैं टेस्ट अकॉर्डिंग ਤੇ ਥੋੜਾ ਜਿਹਾ ਮੈਂ ਲਿਆ ਜੀਰਾ 1/4 ਟੇਬਲस्पून ਤੇ ਹਾਫ ਚਮਚ ਲਿਆ ਜੀ ਇੱਥੇ ਮੈਂ ਅਜਵਾਇਨ ਦਾ ਤੁਹਾਨੂੰ ਪਤਾ ਹੈ ਅਜਵਾਇਨ ਬਹੁਤ ਵਧੀਆ ਹੁੰਦੀ ਹੈ ਕਿ ਜਿਹੜੇ ਹਾਜਮੇ ਲਈ ਆਪਣੀ ਬੈਸਟ ਮੰਨੀ ਜਾਂਦੀ ਹੈ ਮੈਂ ਯੂਜ਼ ਕਰ ਰਹੀ ਹਾਂ ਉਸ ਤੋਂ ਬਾਅਦ ਜੀ ਮੈਂ ਲਿਆ 1 ਚਮਚ ਕਸੂਰੀ ਮਿਰਚੀ ਦਾ ਇਹ ਸਾਰੇ ਮਸਾਲੇ ਪਾ ਕੇ ਜੀ ਮੈਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਤੇ ਉਸ ਤੋਂ ਬਾਅਦ ਪਾਵਾਂਗੀ ਜਿਵੇਂ ਹਰਾ ਧਨੀਆ ਹਰਾ ਧਨੀਆ ਤਾਂ ਆਪਾਂ ਮਤਲਬ ਅਮਾਊਂਟ ਹੈ ਜਿਆਦਾ ਦੇ ਵਿੱਚ ਯੂਜ਼ ਕਰ ਸਕਦੀਆਂ ਮੈਂ ਕਾਫੀ ਸਾਰਾ ਇੱਥੇ ਹਰਾ ਧਨੀਆ ਬਰੀਕ ਕੱਟ ਕੇ ਲੈ ਲਿਆ ਇੱਥੇ ਉਹਨੂੰ ਪਾ ਦਿੱਤਾ ਹੈ ਪਾ ਕੇ ਚੰਗੀ ਤਰ੍ਹਾਂ ਆਪਾਂ ਪੂਰੀ ਸਟਫਿੰਗ ਨੂੰ ਮਿਕਸ ਕਰ ਲਾਂਗੇ ਦੇਖੋ ਆਪਣੀ ਸਟਫਿੰਗ ਰੈਡੀ ਹੋ ਚੁੱਕੀ ਆ ਦੂਸਰੀ ਸਾਈਡ ਚੱਲਦੀ ਆ ਆਪਣਾ ਆਟੇ ਨੂੰ ਵੀ ਰੈਸਟ ਮਿਲ ਚੁੱਕੀ ਆ 10 ਤੋਂ 15 ਮਿੰਟ ਪਰ ਫਿਰ ਵੀ ਮੈਂ ਨੂੰ ਥੋੜਾ ਪਾਣੀ ਲਾ ਕੇ ਇੱਕ ਦੋ ਵਾਰੀ ਇਸ ਤਰ੍ਹਾਂ ਗੁੰਨ ਲਾਵਾਂਗੀ ਆਟਾ ਆਪਣਾ ਬਹੁਤ ਹੀ ਵਧੀਆ ਨਰਮ ਤੇ ਸੌਫਟ ਬਣ ਕੇ ਤਿਆਰ ਹੋਇਆ ਸੀ ਚਲੋ ਹੁਣ ਆਪਾਂ ਪਰੌਠੇ ਬਣਾਉਣੇ ਆ ਮੈਂ ਇਸ ਤਰ੍ਹਾਂ ਜੀ ਆਪਣੇ ਡੇਢ ਓ ਦੀ ਪਾਰਟੀਸ਼ਨ ਕਰ ਲਈ ਸੀ ਚਲੋ ਹੁਣ ਮੈਂ ਪੰਜ ਪਰੇੜੇ ਬਣਾ ਲੈਣੀਆਂ ਤੇ ਤੁਹਾਨੂੰ ਦਿਖਾਉਣੀ ਹੈ ਕਿ ਆਪਾਂ ਪਰੌਠੇ ਕਿਸ ਤਰ੍ਹਾਂ ਬਣਾਉਣੇ ਆ ਇਸ ਤਰ੍ਹਾਂ ਮੈਂ ਪੰਜ ਭਾਗਾਂ ਦੇ ਵਿੱਚ ਜੀ ਇਹ ਪਾਰਟੀਸ਼ਨ ਨੂੰ ਕੱਟ ਲਿਆ ਹੈਗਾ ਤੇ ਮੈਂ ਪੰਜ ਰੋਲ ਕਰ ਲਵਾਂਗੀ ਵੀ ਪਰੇੜੇ ਬਣਾ ਲਵਾਂਗੀ ਬਾਕੀ ਦੇ ਪੇੜੇ ਮੈਂ ਸਾਈਡ ਤੇ ਰੱਖ ਲਏ ਆ ਜੀ ਤੇ ਇੱਕ ਥੋੜੀ ਜੀ ਰੋਟੀ ਆਪਾਂ ਬਣਾਉਣੀ ਆ ਥੋੜੀ ਜਿਆਦਾ ਵੱਡੀ ਨਹੀਂ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਕਿ ਆਪਾਂ ਪੇੜਾ ਭੰਨ ਲੈਣੇ ਆ ਉਸ ਤਰ੍ਹਾਂ ਆਪਾਂ ਥੋੜੀ ਜੀ ਰੋਟੀ ਇਸ ਤਰ੍ਹਾਂ ਵੇਲ ਕੇ ਆਪਾਂ ਇਹਦੇ ਵਿੱਚ ਫਿਲਿੰਗ ਭਰਨੀ ਆ ਫਿਲਿੰਗ ਮੈਂ ਭਰ ਲਈ ਆ ਜੀ ਦੇਖਿਓ ਧਿਆਨ ਨਾਲ ਮੈਂ ਕਿਸ ਤਰ੍ਹਾਂ ਨੂੰ ਫੋਲਡ ਕਰ ਰਹੀ ਆ ਆਰਾਮ ਨਾਲ ਇਸ ਤਰ੍ਹਾਂ ਆਪਾਂ ਨੂੰ ਫੋਲਡ ਕਰ ਲੈਣਾ ਮੈਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਫੋਲਡ ਕਰਕੇ ਉੱਪਰਲਾ ਭਾਗ ਤੁਸੀਂ ਉੱਪਰ ਵੀ ਲੱਗਿਆ ਰਹਿਣ ਦਿੱਤੀਓ ਨੂੰ ਉੱਪਰੋਂ ਨੱਪ ਸਕਦੇ ਹੋ ਤੇ ਨਹੀਂ ਤਾਂ ਉਹਨੂੰ ਨਾਲੋਂ ਉਤਾਰ ਵੀ ਸਕਦੇ ਹੋ ਦੇਖੋ ਤੇ ਆਪਾਂ ਇਹਨੂੰ ਨਰਮ ਹੱਥਾਂ ਨਾਲ ਦਬਾ ਕੇ ਜੀ ਫਿਰ ਆਪਾਂ ਇਹਨੂੰ ਬੜੇ ਥਣ ਲਗਾ ਕੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਸੌਫਟ ਹੱਥਾਂ ਦੇ ਨਾਲ ਵੇਲ ਲੈਣਾ ਹੈ ਦੇਖੋ ਜੀ ਜਿਹੜਾ ਆਪਣਾ ਬਰੌਠਾਏ ਬਣ ਚੁੱਕਾ ਹੈ ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਹੋਰ ਬਣਾ ਕੇ ਦਿਖਾਉਣੀ ਆ ਕਿਸੇ ਤਰ੍ਹਾਂ ਹੀ ਦੂਸਰਾ ਪੇੜਾ ਵੀ ਆਪਾਂ ਥੋੜਾ ਜਿਹਾ ਉਹਨੂੰ ਇਸ ਤਰ੍ਹਾਂ ਵੇਲ ਲੈਣਾ ਵੇਲ ਕੇ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਫਿਲਿੰਗ ਨੂੰ ਪਾ ਲੈਣਾ ਹੈ ਵਾਰ ਕੇ ਸੇਮ ਤਰੀਕੇ ਨਾਲ ਆਪਾਂ ਫੋਲਡ ਕਰ ਲੈਣਾ ਹੈ ਦਬਾ ਦਬਾ ਕੇ ਉਸੇ ਤਰ੍ਹਾਂ ਆਪਾਂ ਇਹਨੂੰ ਜੀ ਸੌਫਟ ਹੱਥ ਨਾਲ ਆਪਾਂ ਜ਼ਿਆਦਾ ਦਬ ਦਬ ਕੇ ਨਹੀਂ ਵੇਲਣਾ ਇਸ ਤਰ੍ਹਾਂ ਇਹਨੂੰ ਵੇਲ ਲੈਣਾ ਹੈ ਚਲੋ ਜੀ ਪਰੋਠੇ ਆਪਣੇ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਤਵੇ ਤੇ ਸੇਕਦੇ ਹਾਂ ਤਵਾ ਮੈਂ ਦੂਸਰੀ ਸਾਈਡ ਗਰਮ ਕਰ ਲਿਆ ਜੀ ਮੈਂ ਉਹਦੇ ਉੱਪਰ ਇੱਕ ਪਰੌਠਾ ਪਾ ਦਿੱਤਾ ਏ ਤੇ ਇਸ ਤਰ੍ਹਾਂ ਹੀ ਪਲਟਾਉਂਦੇ ਹੋਏ ਆਪਾਂ ਇਹਨਾਂ ਨੂੰ ਸੇਕ ਲੈਣਾ ਏ ਤੇ ਉੱਪਰ ਮੈਂ ਘਿਓ ਲਾ ਕੇ ਇਹਨੂੰ ਸਾਰੇ ਤੇ ਅਪਲਾਈ ਕਰ ਦੂੰਗੀ ਇਸ ਤਰ੍ਹਾਂ ਜਿਹੜੇ ਆਪਣੇ ਪਰੌਠੇ ਆ ਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਬਹੁਤ ਹੀ ਹੈਲਥੀ ਵੀ ਆ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਇਹ ਮੇਰੀ ਪਰੌਠਿਆਂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਲਿੱਕ ਕਰਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਦੇਖੋ ਜੀ ਇਸਦੇ ਨਾਲ ਹੀ ਜਿਹੜਾ ਆਪਣਾ ਬਰੌਡ ਹਾਈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕਾ ਆਪਾਂ ਪਲਟ-ਪਲਟ ਕੇ ਅਗਰ ਤੁਸੀਂ ਚਾਹੁੰਦੇ ਆ ਕਿ ਕਈ ਹੁੰਦੇ ਕਿ ਆਪਾਂ ਜਿਆਦਾ ਕਹਿੰਦੇ ਕੜਕ ਖਾਣਾ ਚਾਹੁੰਦੇ ਆ ਤਾਂ ਇਸ ਤਰ੍ਹਾਂ ਘਿਓ ਲਗਾ ਕੇ ਉਹਨੂੰ ਮੀਡੀਅਮ ਫਲੇਮ ਤੇ ਸੇਕਿਓ ਬਹੁਤ ਹੀ ਕੜਕ ਬਣਦਾ ਏ ਮੈਂ ਥੋੜੇ ਸੌਫਟ ਪਰੌਠੇ ਪਸੰਦ ਕਰਦੀ ਆ ਤੇ ਮੇਰੇ ਹਸਬੰਦ ਥੋੜੇ ਕੜਕ ਪਰੌਠੇ पसंद करते इसे तरह के ला के पलटा पलटा के बहुत ही कड़क परोठे बनते हैं बहुत ही तैयार जरूर बना के देखियो बहुत हेल्थी भी आप हमेशा ही सब्जी बनाने आपू की कह दी ज की मटर की सब्जी बनाने तुम तो परे भी बना के देखो देखो अपने परौठे बन के तयर हो चुके हैं ਚਲੋ ਹੁਣ ਸਰਵ ਕਰ ਦਿਆਂ ਜੀ ਤੁਸੀਂ ਨੂੰ ਦਹੀਂ ਦੇ ਨਾਲ ਮੱਖਣ ਦੇ ਨਾਲ ਆਚਾਰ ਦੇ ਨਾਲ ਖਾ ਸਕਦੇ ਹੋ ਬਹੁਤ ਹੀ ਟੇਸਟੀ ਪਰੌਠੇ ਬਣ ਕੇ ਤਿਆਰ ਹੋ ਚੁੱਕੇ ਆ ਤੇ ਮੇਰੇ ਹਸਬੰਦ ਨੂੰ ਬਹੁਤ ਪਸੰਦ ਆਏ ਸੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਪਹਿਲੀ ਵਾਰੀ ਦੇਖਣ ਵਾਲੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਫਿਰ ਮਿਲਦੇ ਆ ਥੈਂਕ ਯੂ ਸੋ ਮੱਚ ਫॉर ਵਾਚਿੰਗ